ਅਮਰਸਰ ਦੇ ਵਿੱਚ ਪਿਛਲੇ ਦਿਨੀ ਇੱਕ ਨੌਜਵਾਨ ਨੂੰ ਜਿਹੜਾ ਹੈ ਉਸਨੇ ਆਪਣੇ ਆਪ ਨੂੰ ਪਾਹ ਲੈ ਕੇ ਜਿਹੜੀ ਹੈ ਆਤਮ ਹੱਤਿਆ ਕਰ ਲਈ ਔਰ ਜਿਹੜਾ ਉਹ ਕਾਰਨ ਦੱਸਿਆ ਜਾ ਰਿਹਾ ਹੈ ਦੱਸਿਆ ਜਾ ਰਿਹਾ ਇੱਕ ਪੁਲਿਸ ਇੰਟਰੋਗੇਸ਼ਨ ਤੋਂ ਡਰਦੇ ਹੋਏ ਜਿਹੜਾ ਇਹ ਕਦਮ ਉਸ ਵੱਲੋਂ ਚੁੱਕਿਆ ਗਿਆ ਹੈ ਹਾਤੇ ਉਹਦੀ ਮਾਤਾ ਦਾ ਹੁਣ ਵੀਡੀਓ ਜਿਹੜੀ ਜਾਰੀ ਹੋਈ ਆ ਉਹਦੀ ਮੌਤ ਤੋਂ ਬਾਅਦ ਉਹ ਕਹਿੰਦੇ ਵੀ ਉਹਦੇ ਕੁੱਟਮਾਰ ਕੀਤੇ ਗਏ ਉਹਨੇ ਮੈਨੂੰ ਦਿਖਾਇਆ ਸੀ ਆਪਣੇ ਪਿੱਠ ਤੋਂ ਕੱਪੜਾ ਲਾ ਕੇ ਪਤਾ ਲੱਗਿਆ ਵੀ ਅਗਲੇ ਦਿਨ ਮੈਨੂੰ ਫੇਰ ਬੁਲਾਇਆ ਗਿਆ ਤਾਂ ਉਸ ਰਾਤ ਹੀ ਫਿਰ ਉਸਨੇ ਡਰ ਦੇ ਮਾਰੇ ਨੇ ਫਾਹਾ ਲੈ ਕੇ ਆਤਮ ਹੱਤਿਆ ਕਰ ਲਈ ਦੋਸ਼ ਲਾਇਆ ਕਹਿੰਦਾ ਵੀ ਮੈਥੋਂ ਮਾਤਾ ਹੁਣ ਜਿਆਦਾ ਕੁੱਟ ਨਹੀਂ ਖਾਦੀ ਜਾਣੀ ਵੀ ਹੋਰ ਕਟਾਇ ਨਹੀਂ ਸਹੀ ਜਾਣੀ ਉਹ ਜਿਹੜਾ ਕਾਨੂੰਨ ਦੇ ਨਾਂ ਤੇ ਜਿਹੜਾ ਤਸ਼ੱਦਦ ਆ ਤੇ ਜਿਹੜੀਆਂ ਗੈਰ ਕਾਨੂੰਨੀ ਜਾਂ ਗੈਰ ਮਨੁੱਖੀ ਕਾਰਵਾਈਆਂ ਨੇ ਉਹ ਵਧੀਆਂ ਜਾ ਰਹੀਆਂ ਨੇ ਸੋ ਪੁੱਛੇਗਾ ਜਿਦਾ ਮਤਲਬ ਛੇਤਰ ਪਰੇਡ ਕਰਨੀ ਨਹੀਂ ਹੈ ਹੁਣ ਆਪਾਂ ਗੱਲਬਾਤ ਕਰਦੇ ਹਾਂ ਕਿ ਅਮਰਸਰ ਦੀ ਅਮਰਸਰ ਦੇ ਵਿੱਚ ਪਿਛਲੇ ਦਿਨੀ ਇੱਕ ਨੌਜਵਾਨ ਨੂੰ ਜਿਹੜਾ ਹੈ ਉਸਨੇ ਆਪਣੇ ਆਪ ਨੂੰ ਫਾਹਾ ਲੈ ਕੇ ਜਿਹੜੀ ਆਤਮ ਹੱਤਿਆ ਕਰ ਲਈ ਔਰ ਜਿਹੜਾ ਉਹ ਕਾਰਨ ਦੱਸਿਆ ਜਾ ਰਿਹਾ ਹੈ ਦੱਸਿਆ ਜਾ ਰਿਹਾ ਇੱਕ ਪੁਲਿਸ ਇੰਟਰੋਗੇਸ਼ਨ ਤੋਂ ਡਰਦੇ ਹੋਏ ਜਿਹੜਾ ਇਹ ਕਦਮ ਉਸ ਵੱਲੋਂ ਚੁੱਕਿਆ ਗਿਆ ਹੈ ਕੀ ਕਾਰਨ ਕੀ ਸੀਗਾ ਅਵਤਾਰ ਸਿੰਘ ਜੀ ਹੋਰ ਕੀ ਕਾਰਨ ਸਾਹਮਣੇ ਆਏ ਹਾਂ ਹਾਂਜੀ ਹਾਂਜੀ ਇਹ ਦੱਸਿਆ ਜਾ ਰਿਹਾ ਵੀ ਪੁਲਿਸ ਦੋ ਤਿੰਨ ਦਿਨ ਪਹਿਲਾਂ ਉਹਨੂੰ ਇਹ ਦੱਸ ਕੇ ਗਈ ਸੀ ਵੀ ਕਿਸੇ ਕੇਸ ਵਿੱਚ ਉਹਦੀ ਸ਼ਾਮਲ ਹੈਗਾ ਵੀ ਕਿਸੇ ਕੇਸ ਵਿੱਚ ਉਹਦੀ ਪੁੱਛਗਿੱਛ ਕਰਨੀ ਆ ਉਹਦੀ ਸ਼ਮੂਲੀਅਤ ਬਾਰੇ ਸ਼ੱਕ ਹੈਗਾ ਤੇ ਦੋ ਦਿਨਾਂ ਲਈ ਉਹਨੂੰ ਪੁਲ ਰਹਾ ਤੇ ਉਹਦੀ ਮਾਤਾ ਦਾ ਹੁਣ ਵੀਡੀਓ ਜਿਹੜੀ ਜਾਰੀ ਹੋਈ ਆ ਉਹਦੀ ਮੌਤ ਤੋਂ ਬਾਅਦ ਉਹ ਕਹਿੰਦੇ ਕਿ ਉਹਦੀ ਕੁੱਟਮਾਰ ਕੀਤੀ ਗਈ ਉਹਨੇ ਮੈਨੂੰ ਦਿਖਾਇਆ ਸੀ ਆਪਣੇ ਪਿੱਠ ਤੋਂ ਕੱਪੜਾ ਲਾ ਕੇ ਵੀ ਮੇਰੇ ਨਾਲ ਬਹੁਤ ਅਛਧ ਕੀਤਾ ਗਿਆ ਮੈਨੂੰ ਮਾਰਿਆ ਕੁੱਟਿਆ ਗਿਆ ਹੈਗਾ ਜਦੋਂ ਫਿਰ ਉਹ ਤੀਜੀ ਵਾਰ ਉਹਨਾਂ ਦਾ ਸੁਨੇਹਾ ਆਇਆ ਆ ਉਹਨੂੰ ਲੈਣ ਆਏ ਤੇ ਜਿਆ ਉਹਨੂੰ ਪਤਾ ਲੱਗਿਆ ਵੀ ਅਗਲੇ ਦਿਨ ਮੈਨੂੰ ਫੇਰ ਬੁਲਾਇਆ ਗਿਆ ਤਾਂ ਉਸ ਰਾਤ ਹੀ ਫਿਰ ਉਸਨੇ ਡਰ ਦੇ ਮਾਰੇ ਨੇ ਫਹਾ ਲੈ ਕੇ ਆਤਮ ਹੱਤਿਆ ਕਰ ਲਈਏ ਦੋਸ਼ ਲਾਇਆ ਕਹਿੰਦਾ ਵੀ ਮੈਥੋਂ ਮਾਤਾ ਹੁਣ ਜਾਦੇ ਕੁੱਟ ਨਹੀਂ ਖਾਦੀ ਜਾਣੀ ਵੀ ਹੋਰ ਕਟਾਈ ਨਹੀਂ ਸਹੀ ਜਾਣੀ ਉਹ ਜਲਾਲਤ ਤੇ ਕਟਾਈ ਸੋ ਇਸ ਤਰ੍ਹਾਂ ਦੇ ਕੇਸ ਆ ਜਿਹੜੇ ਵੱਧ ਰਹੇ ਆ ਪਹਿਲਾਂ ਆਪਾਂ ਦੇਖਿਆ ਮੁਹਾਲੀ ਵਿੱਚ ਐਨਆਈਏ ਨਾਲ ਸੰਬੰਧਿਤ ਇੱਕ ਕੇਸ ਆਇਆ ਸੀ ਉਹਦੇ ਵਿੱਚੋਂ ਇੱਕ ਸਿੱਖ ਨੌਜਵਾਨ ਨੇ ਫਹਾ ਲੈ ਕੇ ਆਤਮ ਹੱਤਿਆ ਕਰ ਲਈ ਸੀ ਤੇ ਉਹਨੇ ਦੂਜਾ ਇਹ ਇਹ ਅੰਮ੍ਰਿਤਸਰ ਜਿਹੜੇ ਦਾ ਕੋਈ ਕੇਸ ਹੈਗਾ ਸ਼ਹਿਰ ਵਿੱਚ ਹੀ ਹੈ ਮੇਰੇ ਖਿਆਲ ਤੇ ਉੱਥੋਂ ਇਹ ਬੱਚੇ ਨੇ ਜਿਹੜੀ ਹੈਗੀ ਆ ਵੀ ਇਹ ਆਤਮ ਹੱਤਿਆ ਕਰ ਲਿਆ ਸੋ ਅਸੀਂ ਸਮਝ ਸਕਦੇ ਆ ਵੀ ਜਿਹੜਾ ਕਾਨੂੰਨ ਦੇ ਨਾਂ ਤੇ ਜਿਹੜਾ ਤਸ਼ੱਦਦ ਹੈ ਤੇ ਜਿਹੜੀਆਂ ਗੈਰ ਕਾਨੂੰਨੀ ਜਾਂ ਗੈਰ ਮਨੁੱਖੀ ਕਾਰਵਾਈਆਂ ਨੇ ਉਹ ਵਧੀਆਂ ਜਾ ਰਹੀਆਂ ਨੇ ਜਿਹਦੇ ਕਾਰਨ ਨਾਗਰਿਕਾਂ ਵਿੱਚ ਇੱਕ ਡਰ ਦੀ ਭਾਵਨਾ ਪੈਦਾ ਹੋ ਰਹੀ ਹੈ ਸੋ ਪੰਜਾਬ ਸਰਕਾਰ ਦੇ ਪੰਜਾਬ ਪੁਲਿਸ ਦੀ ਤੇ ਅਫਸਰ ਸਾਹਿਬ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਕਾਨੂੰਨ ਦਾ ਰਾਜ ਲਾਗੂ ਹੋਵੇ ਜੇ ਕਿਸੇ ਨੂੰ ਪੁੱਛਗਛ ਲਈ ਬੁਲਾਇਆ ਜਾਣਾ ਸੋ ਪੁੱਛਗਛ ਦਾ ਮਤਲਬ ਛੇਤਰ ਪਰੇਡ ਕਰਨੀ ਨਹੀਂ ਹੈ ਜਸਟ ਤੁਸੀਂ ਬਿਠਾਲ ਕੇ ਚੰਗੀ ਤਰ੍ਹਾਂ ਜੋ ਇਨਵੈਸਟੀਗੇਸ਼ਨ ਕਰਨੀ ਆ ਉਹ ਕਰ ਲਈ ਜਾਵੇ ਤਾਂ ਚੰਗੀ ਗੱਲ ਹੈਗੀ ਆ ਹਾਂ ਬਿਲਕੁਲ ਜੀ ਔਰ ਪ੍ਰੋਫੈਸ਼ਨਲਿਜ਼ਮ ਜਿਹੜਾ ਹੈ ਪੁਲਿਸ ਦੇ ਵਿੱਚ ਵੀ ਹੋਣਾ ਚਾਹੀਦਾ ਹੈ ਕੈਪਟਨ ਅਮਰਿੰਦਰ ਸਿੰਘ ਨੂੰ ਇਸ ਦੇ ਵਿੱਚ ਕੁਛ ਨਾ ਕੁਛ ਜ਼ਰੂਰ ਕਰਨਾ ਚਾਹੀਦਾ ਕਿਉਂਕਿ ਇਹ ਘਟਨਾਵਾਂ ਵੱਧ ਰਹੀਆਂ ਨੇ ਬੱਚਿਆਂ ਨੂੰ ਚੁੱਕਿਆ ਜਾ ਰਿਹਾ ਹੈ ਉਹਨਾਂ ਦੇ ਕੇਸ ਪਾਏ ਜਾ ਰਹੇ ਨੇ ਔਰ ਗ੍ਰਹਿ ਮੰਤਰਾਲਾ ਜਿਹੜਾ ਉਹਨਾਂ ਦੇ ਕੋਲ ਹੈ ਔਰ ਇਹ ਚਾਹੀਦਾ ਹੈਗਾ ਕਿ ਇਸ ਦੇ ਉੱਤੇ ਕੋਈ ਨਾ ਕੋਈ ਕਾਰਵਾਈ ਹੋਵੇ ਕਿ ਕਿਉਂ ਇਹ ਆਤਮ ਹੱਤਿਆ ਹੋਈ ਹੈ ਇਸ ਦੇ ਵਿੱਚ ਜ਼ਿੰਮੇਵਾਰ ਕੌਣ ਹੈ ਜੇ ਜ਼ਿੰਮੇਵਾਰ ਫੜੇ ਨਹੀਂ ਜਾਣਗੇ ਤਾਂ ਇਦਾਂ ਦੀਆਂ ਘਟਨਾਵਾਂ ਜਿਹੜੀਆਂ ਨੇ ਹੋਰ ਵਾਪਰਨਗੀਆਂ ਜੇ ਇਸ ਤੋਂ ਪਹਿਲਾਂ ਵਾਲੀ ਜਿਹੜੀ ਮੋਹਾਲੀ ਵਾਲੀ ਘਟਨਾ ਹੈ ਜੇ ਉਸ ਦੀ ਸਾਰ ਲਈ ਹੁੰਦੀ ਤਾਂ ਇਹ ਘਟਨਾ ਨਾ ਵਾਪਰਦੀ ਔਰ ਜੇ ਇਹ ਗੱਲ ਇੱਥੇ ਨਾ ਰੁਕੀ ਤੇ ਇਸ ਜਿਹੜੇ ਨੇ ਹੋਰ ਮਾਰੇ ਜਾਣਗੇ ਇਸੇ ਤਰੀਕੇ ਦੇ ਨਾਲ ਇਹ ਆਪਣੇ ਆਪ ਦੇ ਵਿੱਚ ਇੱਕ ਵੱਡਾ ਸਵਾਲ ਹੈ ਔਰ ਹੁਣ ਆਪਾਂ ਗੱਲਬਾਤ ਕਰਦੇ ਹਾਂ ਯੂਏਈ ਤੇ ਇਜ਼ਰਾਈਲ ਦੇ ਦਰਮਿਆਨ ਇੱਕ ਸਮਝੌਤਾ ਹੋਇਆ ਹੈਗਾ ਔਰ ਕਿਹਾ ਇਹ ਜਾ ਰਿਹਾ ਕਿ ਇਸ ਸਮਝੌਤੇ ਦੇ ਮੁਤਾਬਿਕ ਜਿਹੜਾ ਹੈ ਇਜ਼ਰਾਈਲ ਜਿਹੜਾ ਹੈ ਫਿਲਿਸਤੀਨ ਦੇ ਵਿੱਚ ਉਹਨਾਂ ਦੇ ਹੋਰ ਇਲਾਕਿਆਂ ਦੇ ਉੱਤੇ ਕੋਈ ਕਬਜ਼ਾ ਨਹੀਂ ਕਰੇਗਾ ਤੇ ਹੋਰ ਵੀ ਜਿਹੜੀਆਂ ਇਸ ਦੇ ਵਿੱਚ ਬਹੁਤ ਸਾਰੀਆਂ ਜਿਹੜੀਆਂ ਗੱਲਾਂ ਬਾਤਾਂ ਨੇ ਸਮਝੌਤੇ ਦੇ ਵਿੱਚ ਹੋਈਆਂ ਨੇ ਅਵਧਾਰ ਸਿੰਘ ਜੀ ਕੀ ਹੈ ਇਹ ਸਮਝੌਤਾ ਹਾਂਜੀ ਦੋਵਾਂ ਮਲਕਾਂ ਦੇ ਇੱਕ ਤਾਂ ਵੀ ਜਿਹੜੀਆਂ ਡਿਪਲੋਮੈਟਿਕ ਟਾਈਸ ਸੀਗੀਆਂ ਉਹ ਨਹੀਂ ਸੀ ਦੋਵਾਂ ਦੇ ਕੋਈ ਸਫਾਰਤੀ ਸਬੰਧ ਨਹੀਂ ਸੀ ਸੋ ਡੋਨਾਲਡ ਟਰੰਪ ਨੇ ਜਾਂਦੇ ਜਾਂਦੇ ਇੱਕ ਤਰ੍ਹਾਂ ਨਾਲ ਆਪਣੀ ਆਕਾਂਪਾ ਕਹਿ ਸਕਦੇ ਆ ਵੀ ਆਖਰੀ ਇੱਕ ਯਤਨ ਕੀਤਾ ਚੋਨਾ ਜਿੱਤਣ ਦਾ ਹੂੰ ਹੂੰ ਵੀ ਉਹਦੇ ਚੋਣ ਹੈ ਇਜ਼ਰਾਇਲ ਦਾ ਨਿਤ ਨੇ ਆਹੋ ਤੇ ਜਿਹੜਾ ਯੂਏਈ ਦੀ ਲੀਡਰਸ਼ਿਪ ਆ ਉਹਦੇ ਨਾਲ ਸਮਝੌਤਾ ਕਰਾਇਆ ਉਹਦੇ ਵਿੱਚ ਹੁਣ ਕਾਫੀ ਸਾਰੀਆਂ ਉਲਝਣਾਂ ਨੇ ਹਨਾ ਹੂੰ ਹੂੰ ਅ ਤੇ ਉਹਦੇ ਚੋਂ ਜਿਹੜਾ ਇਜ਼ਰਾ ਯੂਏਈ ਤਾਂ ਕਹਿੰਦਾ ਸੀਗਾ ਵੀ ਜਿਹੜੀਆਂ ਸੈਟਲਮੈਂਟ ਦੀਆਂ ਵੀ ਜਿਹੜਾ ਉਹਨਾਂ ਦੇ ਇਲਾਕੇ ਦੱਬੇ ਜਾ ਰਹੇ ਆ ਹੂੰ ਹੂੰ ਫਲਸਤੀਨੀਆਂ ਦੇ ਇਲਾਕੇ ਲਗਾਤਾਰ ਦਬੇ ਜਾ ਰਹੇ ਆ ਇਜ਼ਰਾਈਲ ਵੱਲੋਂ ਜੀ 10 15 20 25 30 ਸਾਲਾਂ ਤੋਂ ਇਹੀ ਕੁਝ ਹੋ ਰਿਹਾ ਹੌਲੀ 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 ਕਿਉਂਕਿ ਬੰਦੂਕ ਦੇ ਜ਼ੋਰ ਨਾਲ ਤਾਕਤਵਰ ਹੋ ਗਏ ਨੇ ਫੌਜਾਂ ਬਹੁਤ ਨੇ ਉਹ ਸਾਰਾ ਉਹਨਾਂ ਦਾ ਇਲਾਕਾ ਦਬ ਰਿਹਾ ਹੈ ਨੇ ਉੱਥੇ ਕਲੋਨੀਆਂ ਬਣਾਈਆਂ ਜਾ ਰਹੀਆਂ ਉਹਨੂੰ ਆਪਣੇ ਦੇਸ਼ ਵਿੱਚ ਸ਼ਾਮਲ ਕੀਤਾ ਜਾ ਰਿਹਾ ਸੋ ਫਲਸਤੀਨੀਆਂ ਦੀ ਇਹ ਮੰਗ ਹੈ ਕਿ ਵੀ ਸਾਡੇ ਉਹ ਇਲਾਕੇ ਮਾਣ ਦਬੇ ਜਾ ਰਹੇ ਹਨ ਸੋ ਯੂਏਈ ਨਾਲ ਹੁਣ ਇਹ ਸਮਝੌਤਾ ਹੋਇਆ ਬਈ ਯੂਏਈ ਤਾਂ ਕਹਿੰਦਾ ਵੀ ਉਹ ਨਹੀਂ ਅੱਗੇ ਕਰੇਗਾ ਹਾਂ ਨਾ ਵੀ ਸੈਟਲਮੈਂਟ ਨਹੀਂ ਕਰੂਗਾ ਪਰ ਜਿਹੜਾ ਨਿਤਨੇ ਆਹੂ ਦਾ ਆਫੀਸ਼ੀਅਲ ਬਿਆਨ ਆਇਆ ਉਹ ਕਹਿੰਦਾ ਫੋਰ ਦੀ ਟਾਈਮ ਬੀਇੰਗ ਇਟ ਇਜ਼ ਔਨ ਹੋਲਡ ਹਾਂ ਹਾਂ ਵੀ ਅਸੀਂ ਹੁਣ ਨਹੀਂ ਕਰਾਂਗੇ ਨਹੀਂ ਹਾਲ ਦੀ ਘੜੀ ਨਹੀਂ ਕਰਾਂਗੇ ਹਾਂ ਨਾ ਵੀ ਇਹਦਾ ਮਤਲਬ ਉਹ ਕਰਨਗੇ ਬਾਅਦ ਚੋਂ ਇਹ ਸਾਰਾ ਧੋਖਾ ਦੇਣ ਵਾਲੀ ਕਾਰਵਾਈ ਆ ਜਦੋਂ ਫੋਰ ਦੀ ਟਾਈਮ ਵੀ ਕਹਿ ਰਿਹਾ ਇਟ ਇਜ਼ ਟੈਂਪੋਰਰਲੀ ਔਨ ਹੋਲਡ ਆ ਟੈਂਪੋਰਰਲੀ ਔਨ ਹੋਲਡ ਮੀਨਸ ਹੋਰ ਮਹੀਨਿਆਂ ਨੂੰ ਜਾਂ 15 ਦਿਨਾਂ ਨੂੰ ਦੁਬਾਰੇ ਸ਼ੁਰੂ ਹੋ ਜਾਊਗਾ ਤੇ ਦੂਜੇ ਪਾਸੇ ਫਲਸਤੀਨ ਦੇ ਜਿਹੜੇ ਮਹਿਮੂਦ ਆਵਾਸ ਨੇ ਜਿਹੜੇ ਰਾਸ਼ਟਰਪਤੀ ਆ ਉਹਨਾਂ ਦਾ ਇਹ ਆਇਆ ਹੈਗਾ ਵੀ ਇਹ ਇਹ ਬਿਲਕੁਲ ਗਲਤ ਗੱਲ ਹੈਗੀ ਆ। ਹੂੰ ਹੂੰ। ਇਹਦਾ ਮਤਲਬ ਜੇ ਉਹ ਹੁਣ ਵੀ ਰੁਕ ਜਾਂਦਾ ਇਹਦਾ ਮਤਲਬ ਜਿਹੜਾ ਉਹ 20 ਸਾਲਾਂ ਤੋਂ ਉਹਨੇ ਕਰ ਚੁੱਕਿਆ ਉਹ ਲੀਗਲਾਈਜ਼ ਹੋ ਗਿਆ। ਮਤਲਬ ਕਿਤੇ ਨਾ ਕਿਤੇ ਪੰਜਾਬ ਦੇ ਪਾਣੀਆਂ ਵਾਲਾ ਮਸਲਾ ਆ ਗਿਆ। ਬੋ ਕਹਿ ਸਕਦੇ। ਹਾਂ ਜੀ। ਵੀ ਉਹ ਬਿਲਕੁਲ ਉਹੀ ਉਹੀ ਸਿਚੁਏਸ਼ਨ ਆ। ਕਹਿੰਦਾ ਵੀ ਜੇ ਅੱਜ ਵੀ ਉਹ ਖਟ ਜਾਂਦਾ ਹੈਗਾ ਇਹਦਾ ਮਤਲਬ ਜਿਹੜਾ 30 ਸਾਲਾਂ ਤੋਂ ਉਹਨੇ ਸੈਟਲਮੈਂਟ ਕਰਕੇ ਸਾਡਾ ਇਲਾਕਾ ਦੱਬਿਆ ਉਹ ਲੀਗਲੀ ਉਹਦਾ ਹੋ ਗਿਆ। ਹੂੰ ਹੂੰ। ਇਹ ਤਾਂ ਬਿਲਕੁਲ ਗਲਤ ਅਸੀਂ ਉਹਦੇ ਖਿਲਾਫ ਤਾਂ ਆਵਾਜ਼ ਉਠਾ ਰਹੇ ਹੈਗੇ ਆ। ਵੀ ਲੀਗਲੀ ਉਹ ਸਾਡਾ ਇਲਾਕਾ ਇਹਨੇ ਦੱਬਿਆ ਹੋਇਆ ਉਹ ਸਾਨੂੰ ਵਾਪਸ ਦਿੱਤਾ ਜਾਵੇ ਹੈਨਾ ਹੁਣ ਜੇ ਔਨ ਹੋਲਡ ਵੀ ਹੋ ਜਾਂਦਾ ਹੈ ਉਹ ਜਿਹੜਾ ਇੰਨਾ ਕੁਝ ਉਹ ਦੱਬ ਚੁੱਕੇ ਨੇ ਉਹ ਲੀਗਲੀ ਉਹਦਾ ਉਹਦਾ ਹੱਕ ਬਣ ਜਾਂਦਾ ਹੈ ਕਿ ਸੋ ਫਲਸਤੀਨ ਦੇ ਜਿਹੜੇ ਰਾਸ਼ਟਰਪਤੀ ਨੇ ਮਹਬੂਦ ਅਵਾਜ਼ ਉਹਨਾਂ ਨੇ ਇਹ ਆਵਾਜ਼ ਉਠਾਈ ਹੈ ਔਰ ਉਹਨੇ ਸਾਰੀਆਂ ਫਲਸਤੀਨੀ ਪਾਰਟੀਆਂ ਦੀ ਇੱਕ ਸਾਂਝੀ ਮੀਟਿੰਗ ਬੁਲਾਈ ਹੈ ਵੀ ਸਾਨੂੰ ਇਹ ਪਰਵਾਹ ਨਹੀਂ ਹੈ ਪਰ ਉਹ ਧੱਕੇ ਨਾਲ ਥੋਪਿਆ ਜਾ ਰਿਹਾ ਯੂਏਈ ਦਾ ਹੁਣ ਆ ਰਿਹਾ ਹੈ ਯੂਏਈ ਦੀਆਂ ਆਪਣੀਆਂ ਕੰਪਲਸ਼ਨਸ ਨੇ ਉਹ ਉਹ ਐਟੋਮਿਕ ਰਿਸਰਚ ਸੈਂਟਰ ਬਣਾ ਰਿਹਾ ਉੱਥੇ ਜੀ ਹੈ ਨਾ ਤੇ ਇਜ਼ਰਾਈਲ ਉਹਦੇ ਵਿੱਚ ਅੜਿੱਕੇ ਪਾ ਸਕਦਾ ਸੀ ਜਿੱਦਾਂ ਇਰਾਨ ਵਾਲੇ ਐਟੋਮਿਕ ਰਿਸਰਚ ਸੈਂਟਰ ਦੇ ਵਿੱਚ ਪਾ ਰਿਹਾ ਸੋ ਇਜ਼ਰਾਈਲ ਨੂੰ ਕਿਤੇ ਨਾ ਕਿਤੇ ਠੰਡਾ ਕਰਨ ਲਈ ਉਹਨਾਂ ਨੇ ਇਹ ਸਮਝੌਤੇ ਦਾ ਡਰਾਮਾ ਕੀਤਾ ਤਾਂਕਿ ਯੂਏਈ ਐਟੋਮਿਕ ਪਾਵਰ ਸੈਂਟਰ ਆ ਰਿਸਰਚ ਸੈਂਟਰ ਆ ਜਿਹੜਾ ਉਹ ਕ੍ਰੀਏਟ ਕਰ ਸਕੇ ਸੋ ਇਹਦੀਆਂ ਜਿਹੜੀਆਂ ਬਿਹਾਈਂਡ ਦੀ ਸੀਨਾਂ ਇਹ ਗੱਲ ਚੱਲ ਰਹੀ ਹੈਗੀ ਆ ਬਿਲਕੁਲ ਜੀ ਔਰ ਅੱਜ ਦੇ ਨਿਊਜ਼ਪੁਆਇੰਟ ਪ੍ਰੋਗਰਾਮ ਦੇ ਵਿੱਚ ਇਨਾ ਹੀ ਪ੍ਰੋਗਰਾਮ ਕਿਸ ਤਰੀਕੇ ਦਾ ਲੱਗਿਆ ਸਾਨੂੰ ਕਾਲ ਕਰਕੇ ਜਰੂਰ ਦੱਸਿਓ ਸਾਡਾ ਸਟੂਡੀਓ ਦਾ ਨੰਬਰ ਹੈ 01215511001 ਤੇ ਅਖੀਰ ਦੇ ਵਿੱਚ ਦਰਸ਼ਕਾਂ ਦਾ ਧੰਨਵਾਦ ਕਰਦੇ ਆਂ ਅਵਤਾਰ ਸਿੰਘ ਜੀ ਦਾ ਧੰਨਵਾਦ ਕਰਦੇ ਆਂ ਤੇ ਫਤਿਹ ਦੀ ਸਾਂਝ ਪਾਉਂਦੇ ਆਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ